ਰਾਜਕumar ਜੀ ਕੇਂਦਰੀ ਮੰਤਰੀ ਸ੍ਰੀਮਤ ਕੋਰ ਬਦਲ ਨੇ ਮੁੱਖ ਮੰਤਰੀ ਕੈਪਟਨ ਅਮਿੰਦਲ ਸਿੰਘ ਨੇ ਨਿਸ਼ਾਨਾ ਸਾਧਿਆ ਕੀ ਕਹੋਗੇ ਦੇਖੋ ਮੈਂ ਸਮਝਣਾ ਕਿ ਭੈਣ ਹਰ ਸਿਮਰਨ ਕੋਰ ਬਦਲ ਗਲਤ ਇਲਜ਼ਾਮ ਲਗਾ ਰਹੀ ਹੈ ਉਹ ਕਹਿ ਰਹੀ ਹੈ ਕਿ ਜਿਹੜਾ ਅਨਾਜ ਹੈ ਉਹ ਪੰਜਾਬ ਦੇ ਲੋਕਾਂ ਨੂੰ ਵੰਡਿਆ ਜਾ ਰਿਹਾ ਆਪਣੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਭਾਈ ਬੰਗਾਲ ਚ ਨਹੀਂ ਜਾ ਕੇ ਵੰਡਿਆ ਜਾ ਰਿਹਾ ਦਿੱਲੀ ਚ ਨਹੀਂ ਖੜ ਕੇ ਹੀ ਵੰਡ ਰਹੇ ਅਸੀਂ ਬਿਹਾਰ ਤੇ ਯੂਪੀ ਚ ਨਹੀਂ ਖੜ ਕੇ ਵੰਡ ਰਹੇ ਪੰਜਾਬ ਦੇ ਲੋਕਾਂ ਦਾ ਅਨਾਜ ਹੈ ਤੇ ਪੰਜਾਬ ਚ ਵੰਡਿਆ ਜਾ ਰਿਹਾ ਹੈ ਦੂਸਰਾ ਇਲਜ਼ਾਮ ਜਿਹੜਾ ਤੁਸੀਂ ਹਰ ਸਿਮਰਨ ਕੋਰ ਬਾਦਲ ਜੀ ਲਗਾ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨਿਗਰਾਨੀ ਨਹੀਂ ਕਰ ਰਿਹਾ ਤੇ ਕੋਵਿਡ ਦਾ ਠੀਕ ਤਰ੍ਹਾਂ ਦੇ ਨਾਲ ਇਲਾਜ ਨਹੀਂ ਹੋ ਰਿਹਾ ਜੇ ਕੋਈ ਹਿੰਦੁਸਤਾਨ ਚ ਸਭ ਤੋਂ ਜਿਆਦਾ ਸੇਫ ਹੈ ਤੇ ਪੰਜਾਬ ਸਟੇਟ ਹੈ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਦੇ ਵਿੱਚ ਪੰਜਾਬ ਇੱਕਦਮ ਸੁਰੱਖਿਤ ਹੈ ਔਰ ਇਹ ਇਲਜ਼ਾਮ ਗਲਤ ਇਲਜ਼ਾਮ ਹੈ